वो मेरे को आए ही तो मैनू कहते भी महेश ने मामे 2 लाख रुपया दिता वा तेन भी मार देना वा ਕਹਿੰਦਾ ਤੁਹਾਨੂੰ 50-50 ਹਜ਼ਾਰ ਆਉਂਦਾ ਤੇ ਮੈਂ ਪਰਚਾ ਜਿਹੜਾ ਆਪੇ ਸੈਟਲਮੈਂਟ ਕਰੂੰਗਾ ਤੁਸੀਂ ਮੈਨੂੰ 2 ਲੱਖ ਹੋਰ ਦੇ ਦਿਓ ਮੈਂ ਮੁੰਡਾ ਮੈਂ ਵਾਪਸ ਲੈ ਆਉਂਗਾ ਹੋਇਆ ਸੀ ਉਹਨਾਂ ਦਾ ਰਾਜੀਨਾਮਾ ਕਰ ਰਿਹਾ ਉਹਨੂੰ ਉਹਨਾਂ ਦੇ ਦੱਸਣ ਮੁਤਾਬਕ 10,000 ਰੁਪਈਆ ਉਹਨਾਂ ਕੋਲ ਲੈ ਗਿਆ ਸੀ ਤੇ ਹੋਰ ਮੰਗਦਾ ਸੀ ਕਿ ਮੈਂ ਮੁਕਦਮਾ ਕੈਂਸਲ ਕਰਾ ਦੂੰਗਾ ਆਪਣੀ ਸੈਟਲਮੈਂਟ ਹੋ ਜੂਗੀ ਸੁਲਤਾਨਪੁਰ ਲੋਧੀ 'ਚ ਇੱਕ ਪਿਤਾ ਨੇ ਪੈਸੇ ਖਾਤਰ ਆਪਣੇ ਹੀ ਪੁੱਤ ਨੂੰ ਉਸਦੇ ਮਾਮਿਆਂ ਦੇ ਘਰ ਭੇਜ ਕੇ ਕੁਝ ਵਿਅਕਤੀਆਂ ਖਿਲਾਫ ਮੁੰਡੇ ਨੂੰ ਅਗਵਾ ਕਰਨ ਦਾ ਝੂਠਾ ਪਰਚਾ ਦਰਜ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਜ਼ਿਕਰਯੋਗ ਹੈ ਕਿ ਮੁੰਡੇ ਦੇ ਪਿਤਾ ਵੱਲੋਂ ਪਰਚਾ ਰੱਦ ਕਰਵਾਉਣ ਲਈ ਉਹਨਾਂ ਵਿਅਕਤੀਆਂ ਤੋਂ 2 ਲੱਖ ਰੁਪਏ ਦੀ ਮੰਗ ਕੀਤੀ ਸੀ ਪਰ ਜਦੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਸਾਰਾ ਖੇਡ ਮੁੰਡੇ ਦੇ ਪਿਤਾ ਨੇ ਹੀ ਪੈਸਿਆਂ ਖਾਤਰ ਰਚਿਆ ਸੀ ਸਨ ਆਫ ਡੀਜੀ ਸਿੰਘ ਤੇ ਮੇਰਾ ਪਿੰਡ ਕਮਾਲਪੁਰ ਮੋਠਾ ਵਾਲਾ ਮੈਂ ਘਰਦਿਆਂ ਤੋਂ ਡੜੀ ਕੁੱਟਦੇ ਮਾਰਦੇ ਸੀ ਇਸ ਕਰਕੇ ਮੈਂ ਘਰੋਂ ਚਲ ਗਿਆ ਮੈਂ ਰਾਤ ਟੇਸ਼ਨ 'ਤੇ ਰਿਹਾ ਫਿਰ ਮੈਂ ਦੂਜੇ ਦਿਨ ਸਾਧਨਾਂ ਨੂੰ ਹੱਥ ਦੇ ਕੇ ਮੈਂ ਮਊ ਵਾਲੇ ਪਿੰਡ ਪਹੁੰਚ ਗਿਆ ਉੱਥੇ ਮੈਂ ਯਾਰ ਦੋਸਤ ਦੇ ਘਰ ਰਿਹਾ 8-9 ਦਿਨ ਅਤੇ ਫਿਰ ਮੈਂ ਮਾਮਾ ਜੀ ਦੇ ਘਰ ਆ ਗਿਆ ਫਿਰ ਮਾਮਾ ਜੀ ਨੇ ਫੋਨ ਲਾ ਕੇ ਮੰਮੀ ਨੂੰ ਵੀ ਦੱਸਿਆ ਵੀ ਜਿੱਦਾਂ ਡੈਡੀ ਨੂੰ ਵੀ ਦੱਸਿਆ ਵੀ ਮੁੰਡਾ ਆ ਗਿਆ ਵਾ ਉਹ ਨਹੀਂ ਆਏ 9 ਵਜੇ ਦਾ ਫੋਨ ਕੀਤਾ ਸੀ ਉਹ 11-12 ਵਜੇ ਰਾਤ ਨੂੰ ਆਏ ਆ ਅਤੇ ਪਰ ਤੇਰੇ ਫਾਦਰ ਸਾਹਿਬ ਵਾਸਤੇ ਤੇਰੇ ਪਿਤਾ ਨੇ ਇੱਕ ਕੰਪਲੇਂਟ ਦਿੱਤੀ ਆ 3 ਬੰਦਿਆਂ ਦੇ ਖਿਲਾਫ ਹਾਂਜੀ ਕੁੱਕੜ ਚੋਰੀ ਦਾ ਮਾਮਲਾ ਦਾ ਦੋਸ਼ ਲੱਗਾ ਤੇ ਇਹ ਬੰਦਾ ਮੇਰਾ ਜਿਹੜਾ ਬੇਟਾ ਵਾ ਉਹਨੂੰ ਅਗਵਾਹ ਕਰ ਲਿਆ ਗਿਆ ਨਹੀਂ ਅਗਵਾਹ ਨਹੀਂ ਕੀਤਾ ਗਿਆ ਸੀ ਮੈਂ ਆਪ ਹੀ ਘਰੋਂ ਗਿਆ ਸੀ ਘੁੱਟ ਦੇ ਮਾਰਦੇ ਸੀ ਇਸ ਕਰਕੇ ਮੈਂ ਘਰੋਂ ਚਲ ਗਿਆ ਸੀ ਮਾਤਾ ਤਾਂ ਜਲੰਦੀ ਜਿਹੜਾ ਪਿਓ ਮਾਰਦਾ ਕਿਉਂ ਵੀ ਨਾਲ ਹੀ ਇਦਾਂ ਨਹੀਂ ਦੀ ਮਾਤਾ ਨਹੀਂ ਕੁਛ ਕਹਿੰਦੀ ਹੈ ਅੱਛਾ ਅੱਛਾ ਹਾਂਜੀ ਕਦੇ ਡੈਡੀ ਸੀ ਅੱਛਾ ਵੀ ਦੇਖ ਨਹੀਂ ਜਾਂਦੇ ਪਿਓ ਨਾ ਮੈਂ ਉਹਨਾਂ ਦੇ ਅੱਗੇ ਕਦੀ ਬੋਲਿਆ ਸੀ ਮੈਂ ਕਿਹਾ ਚੁੱਪ ਕਰਕੇ ਘਰੋਂ ਚਲ ਜਾ ਸਕਦੀ ਹਾਂ ਤੇਰੇ ਮਾਮਿਆਂ ਨੂੰ ਕੀ ਉਹਨਾਂ ਕਿਹਾ ਦੱਸਿਆ ਸੀ ਉਹਨੇ ਮਹੇਸ਼ੀ ਬਾਰੇ ਵੀ ਕੀ ਹੈ ਉਹ ਮੇਰੇ ਕੋਲ ਆਏ ਸੀ ਤਾਂ ਮੈਨੂੰ ਕਹਿੰਦੇ ਸੀ ਵੀ ਮਹੇਸ਼ੀ ਨੇ ਮਾਮਿਆਂ ਨੂੰ 2 ਲੱਖ ਰੁਪਈਆ ਦਿੱਤਾ ਵਾ ਤੈਨੂੰ ਵੀ ਮਾਰ ਦੇਣਾ ਵਾ ਤੇ ਮੈਂ ਫਿਰ ਉੱਥੋਂ ਘਰੋਂ ਚਲ ਗਿਆ ਸੀ ਮੰਮੀ ਨੇ ਮੈਨੂੰ ਫੋਨ ਲਾ ਕੇ ਦੱਸਿਆ ਵੀ ਜਿੱਦਾਂ ਕੋਈ ਗੱਲ ਨਹੀਂ ਨਾ ਸਾਨੂੰ ਦੱਸ ਕੇ ਗਏ ਆ ਵੀ ਕਿੱਥੇ ਚੱਲੇ ਹਾਂ ਸਾਨੂੰ ਤਾਂ ਇੰਨਾ ਕਹਿ ਕੇ ਗਏ ਹਾਂ ਆ ਗਏ ਹਾਂ ਅਸੀਂ ਅਤੇ ਬਾਅਦ 'ਚ ਫਗਵਾੜੇ ਪਹੁੰਚ ਗਏ ਕਹਿੰਦੇ ਮੈਨੂੰ ਵੀ ਨਹੀਂ ਪਤਾ ਅਤੇ ਮੰਮੀ ਕਹਿੰਦੀ ਇਹਨਾਂ ਨੂੰ ਆ ਲੈਂਦੋ ਫੇਲ ਨਹੀਂ ਇਹਨਾਂ ਦਾ ਤੇਰੇ ਬਾਰੇ ਜਾਣਦੇ ਹੋਏ ਵੀ ਤੂੰ ਆ ਗਿਆ ਫਿਰ ਵੀ ਉਹ ਗਏ ਸੀ ਲੁਧਿਆਣੇ ਚਲ ਗਏ ਸੀ 9 ਵਜੇ ਫੋਨ ਲਾਇਆ ਸੀ ਅਤੇ ਉਹ ਵਾਪਸ ਤਾਂ ਆ ਹੀ ਸਕਦੇ ਕਿ ਦਿਨ ਸਵੇਰੇ ਥੋੜ੍ਹੇ ਚਲ ਗਏ 6 ਵਜੇ ਉਹਨਾਂ ਕੋਲ 9 ਵਜੇ ਦਾ ਫੋਨ ਲਾਇਆ 4 ਤਰੀਕ ਨੂੰ ਉਹ ਨਹੀਂ ਹੈ ਰਾਤ ਨੂੰ 11-12 ਵਜੇ ਸਾਰੇ ਲੱਦ ਕੇ ਲੈ ਗਏ ਤੂੰ ਗੱਲ ਕਰਦਾ ਰਹੇ ਘਰ ਫੋਨ 'ਤੇ ਹਾਂਜੀ ਮੈਂ 2-3 ਵਾਰੀ ਫੋਨ ਲਾਇਆ ਘਰੇ ਅਤੇ ਮੰਮੀ ਨੂੰ ਮੈਂ ਦੱਸਿਆ ਇਹ ਨਹੀਂ ਦੱਸਿਆ ਵੀ ਕਿੱਥੇ ਆ ਵੈਸ ਗੱਲ ਕਰਦਾ ਰਿਹਾ ਮੈਂ ਕਿਉਂ ਗਿਆ ਕੀ ਜਸਵੀਰ ਸਿੰਘ ਪਾਪਾ ਜੀ ਇੱਕ ਤੁਹਾਡੇ ਖਿਲਾਫ ਥਾਣਾ ਸੁਲਤਾਨਪੁਰ ਲੋਧੀ ਵਿੱਚ ਬੱਚੇ ਨੂੰ ਅਗਵਾ ਕਰਨ ਦਾ ਮਾਮਲਾ ਦਰਜ ਹੋਇਆ ਸੀਗਾ ਹਾਂਜੀ ਉਹਦੇ ਵਿੱਚ ਅੱਜ ਬੱਚਾ ਵਾਪਸ ਆ ਗਿਆ ਮਤਲਬ ਤੁਹਾਡਾ ਕੀ ਕਹਿਣਾ ਇਹਦੇ ਬਾਰੇ ਸਾਡਾ ਕਹਿਣਾ ਇਹ ਆ ਜੀ ਕਿ ਇਹਨੂੰ ਕਿਸੇ ਨੇ ਮਤਲਬ ਜਿਹੜਾ ਇਹਦੇ ਪਿਓ ਨੇ ਇਹਨੂੰ ਗਲਤ ਤਰੀਕੇ ਨਾਲ ਇਹ ਕੰਮ ਕੀਤਾ ਸਾਡੇ ਨਾਲ ਅਤੇ ਸਾਡੇ ਕੋਲ ਇਹਨੇ 10,000 ਰੁਪਈਆ ਵੀ ਲਿਆ ਵਾ ਪਰਚਾ ਦਰਜ ਕਰਾ ਕੇ ਅਤੇ ਬਾਅਦ ਦੇ ਵਿੱਚ ਹੁਣ ਜਿਹੜਾ 2 ਲੱਖ ਦਾ ਇਹਨੇ ਫਿਰ ਸਾਡੇ ਨਾਲ ਕੀਤਾ 54 ਬੰਦਿਆਂ ਦਾ ਨਾਂ ਲਿਖਾਇਆ ਕਹਿੰਦਾ ਤੁਹਾਨੂੰ 50-50 ਹਜ਼ਾਰ ਆਉਂਦਾ ਤਾਂ ਮੈਂ ਪਰਚਾ ਜਿਹੜਾ ਆਪੇ ਸੈਟਲਮੈਂਟ ਕਰੂੰਗਾ ਤੁਸੀਂ ਮੈਨੂੰ 2 ਲੱਖ ਹੋਰ ਦੇ ਦਿਓ ਮੈਂ ਮੁੰਡਾ ਮੈਂ ਵਾਪਸ ਲੈ ਆਉਂਦਾ ਮਤਲਬ ਤੁਹਾਡੇ ਉੱਤੇ ਜਿਹੜੇ ਐਲੀਗੇਸ਼ਨ ਸੀ ਉਹ ਝੂਠੇ ਲਗਾਏ ਗਏ ਝੂਠੇ ਜੀ ਝੂਠੇ ਕੋਈ ਆਪਸੀ ਰੰਜਿਸ਼ਬਾਜ਼ੀ ਸੀ ਤੁਹਾਡੀ ਕੀ ਕਾਰਨ ਕੋਈ ਗੱਲਬਾਤ ਨਹੀਂ ਇੱਦਾਂ ਦੀ ਕੋਈ ਪੂਰੇ ਪਿੰਡ ਤੋਂ ਡੜਵਿੰਡੀ ਤੋਂ ਵੀ ਔਰ ਭੱਠੇ ਤੋਂ ਮੂਠਾਲ ਕਮਾਲਪੁਰ ਪਿੰਡ ਅਰਲਾ ਦਿੱਤਾ ਪਿੰਡ ਸਾਰਿਆਂ ਤੋਂ ਪੁੱਛ ਲਓ ਕੋਈ ਗੱਲਬਾਤ ਨਹੀਂ ਸਾਡੀ ਇਹਨਾਂ ਨਾਲ ਤੁਸੀਂ ਲੜਕਿਆਂ ਨੂੰ ਜਾਣਦੇ ਜੀ ਨਹੀਂ ਇਹ ਅਸੀਂ ਤਾਂ ਬਿਲਕੁਲ ਨਹੀਂ ਜਾਣਦੇ ਇਹ ਮੁੰਡੇ ਇੱਕ ਦੂਜੇ ਨਾਲ ਉੱਥੇ ਪੜ੍ਹਦੇ ਪੁੱਢਦੇ ਸੀ ਇਹਨਾਂ ਦੀ ਗੱਲਬਾਤ ਸੀਗੀ ਤੂੰ ਮੁਰਗਾ ਚੋਰੀ ਚੱਕਣ ਦੇ ਇਹਨਾਂ ਦੇ ਬਾਪ ਨੇ ਮੈਨੂੰ ਫੋਨ ਕੀਤਾ ਮੈਂ ਇਹਨਾਂ ਦੇ ਘਰ ਆਇਆ ਬਸ ਉੱਥੋਂ ਪੰਗਾ ਖੜਾ ਹੋ ਗਿਆ ਹਾਂਜੀ ਸਰ ਕੀ ਮਾਮਲਾ ਹੈ ਅੱਜ ਮਾਮਲਾ ਇਹ ਉਹਦੀ ਮਿਤੀ 2/6/20 ਨੂੰ ਆਪਣਾ ਨਾਮ ਜਗਜੀਤ ਸਿੰਘ ਉਹਦੀ ਮੂੰਹੋਂ ਬੋਲੀ ਭੈਣ ਕੁਲਜੀਤ ਕੌਰ ਜਿਹੜੀ ਅਫਸਰਾਂ ਦੇ ਪੇਸ਼ ਹੋਈ ਜਿਹਨੇ ਦੱਸਿਆ ਵੀ ਮੇਰਾ ਜਿਹੜਾ ਸਾਡਾ ਬੱਚਾ ਵਾ ਮਨਪ੍ਰੀਤ ਸਿੰਘ ਉਹਨੂੰ ਅਗਵਾਹ ਕਰ ਲਿਆ ਇਹਨਾਂ ਬੰਦਿਆਂ ਨੇ ਅਤੇ ਉਹਦੇ ਸੰਬੰਧ 'ਚ ਥਾਣੇ ਆਏ ਅਤੇ ਬਹੁਤ ਹੀ ਰੋਂਦਿਆਂ ਦੀ ਹਾਲਤ ਦੇਖ ਕੇ ਜਿਹੜਾ ਉਹਨਾਂ ਨੂੰ ਕਦਮਾਂ ਵੱਲੋਂ ਜਿਹੜਾ ਅਸੀਂ 166/2/6 ਨੂੰ ਦਰਜ ਕਰ ਲਿਆ 3 ਵਿਅਕਤੀਆਂ ਦੇ ਖਿਲਾਫ ਪਰ ਸ਼ੱਕ ਉਦੋਂ ਹੀ ਪੈਂਦਾ ਸੀ ਵੀ ਇਹ ਜਾਂ ਗਲਤ ਮੁਕਦਮਾ ਦਰਜ ਕਰਾ ਲਿਆ
ਉਹਦੀ ਡੂੰਘਾਈ ਨਾਲ ਜਿਹੜੀ ਤਫਤੀਸ਼ ਜਿਹੜੀ ਉਹ ਕੀਤੀ ਗਈ। ਤਫਤੀਸ਼ਦਾਰ ਨੇ ਇਹ ਗੱਲ ਸੀ ਜਿਹੜਾ ਉਹਨਾਂ ਲਟਕਾ ਸੀ ਉਹਨਾਂ ਦੇ ਕੋਲ ਸੀ ਗੱਲ ਟੈਲੀਫੋਨ ਰਾਹੀਂ ਉਹਨਾਂ ਨਾਲ ਗੱਲਬਾਤ ਕਰਦਾ ਸੀ ਅਤੇ ਉਹ ਆਪਣੇ ਨਾਨਕੇ ਘਰ ਚਲ ਗਿਆ। ਨਾਨਕਿਆਂ ਨੇ ਜਿਹੜਾ ਉਹਨਾਂ ਨੂੰ ਦੱਸਿਆ, ਨਾਨਕਿਆਂ ਦੇ ਜਾਣ ਤੋਂ ਬਾਅਦ ਪਿਓ ਉਹਨਾਂ ਨੂੰ ਜਾ ਕੇ ਮਿਲਿਆ ਅਤੇ ਉਹਨੂੰ ਕਹਿੰਦਾ ਵੀ ਤੂੰ ਬਿਆਨ ਜਿਹੜੇ ਆ ਉਲਟ ਦੇਣੇ, ਪਰ ਉਹ ਮੰਨਿਆ ਨਹੀਂ ਅਤੇ ਉਸ ਤਮਾਮਪੁਰੇ ਥਾਣੇ ਦੱਸਤਾ ਉਹਨੇ ਵੀ ਮੈਂ ਇੱਦਾਂ ਆਇਆ। ਉੱਥੋਂ ਫਿਰ ਇੱਥੇ ਸਾਡੇ ਕੋਲ ਸੁਲਤਾਨਪੁਰ ਥਾਣੇ ਅੱਜ ਆ ਗਿਆ। ਇਹ ਲੜਕੇ ਜਿਹੜਾ ਪੈਸੇ ਗਰਾਉਣ ਦਾ ਕੋਈ ਸਾਰਾ ਚੱਕਰ ਸੀ, ਇਹ ਉਹਨਾਂ ਦਾ ਜਿਹਨਾਂ ਦੇ ਖਿਲਾਫ਼ ਮੁਕੱਦਮਾ ਦਰਜ ਹੋਇਆ ਸੀ ਉਹਨਾਂ ਦਾ ਰਾਜੀਨਾਮਾ ਕਰ ਰਿਹਾ ਸੀ ਉਹਨਾਂ ਕੋਲ, ਉਹਨਾਂ ਦੇ ਦੱਸਣ ਮੁਤਾਬਕ 10,000 ਰੁਪਈਆ ਉਹਨਾਂ ਕੋਲ ਲੈ ਗਿਆ ਸੀ ਅਤੇ ਹੋਰ ਮੰਗਦਾ ਸੀ ਕਿ ਮੈਂ ਮੁਕੱਦਮਾ ਕੈਂਸਲ ਕਰਾ ਦੂੰਗਾ, ਆਪਣੇ ਸੈਟਲਮੈਂਟ ਹੋ ਜੂਗੀ। ਲੜਕਾ ਹੈ ਕਿੱਥੇ? ਲੜਕਾ ਜਿਹੜਾ ਇਹਨੇ ਹੀ ਅੱਗੇ ਪਿਛਾ ਭਜਾਇਆ ਸੀ, ਘਰੋਂ ਭਜਾਤਾ, ਗਾਲਾਂ ਵਗੈਰਾ ਕੱਢ ਕੇ ਉਹਨੂੰ ਫੋਟੋ ਮਾਰ ਕਰਕੇ ਘਰੋਂ ਭਜਾਤਾ, ਅਤੇ ਉਹਨਾਂ ਨੇ ਜਿਹਨਾਂ 'ਚ ਮੈਂ ਤੁਹਾਨੂੰ ਸੱਦਿਆ ਗਾ। ਹੁਣ ਸਰ ਉਕਤ ਲੜਕੇ ਦੇ ਪਿਤਾ ਦੇ ਖਿਲਾਫ਼ ਕੋਈ ਕਾਰਵਾਈ ਕੀਤੀ ਗਈ? ਉਹਦੇ ਖਿਲਾਫ਼ ਜਿਹੜਾ ਆਏ ਆ ਜਿਹੜੇ ਉਹਦਾ ਜੋ ਮੁਕੱਦਮਾ ਦਰਜ ਕਰਕੇ ਤਫਤੀਸ਼ ਕੀਤੀ ਜੂਗੀ, ਸਲਾਹ ਦਿੱਤੀ ਹੈ ਪਤਨੀ। ਸੁਲਤਾਨਪੁਰ ਲੋਧੀ ਤੋਂ ਸਿਮਰਨਜੀਤ ਸਿੰਘ ਦੀ ਰਿਪੋਰਟ। ਬਿਲਕੁਲ ਸੱਚ, ਜੋਤਿਸ਼ ਇੱਕ ਵਿਦਿਆ ਇੱਕ ਸਾਇੰਸ। ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਦਾ ਸਾਰੀ ਦੁਨੀਆ ਨੂੰ ਖੁੱਲ੍ਹਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੀ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ ਵਿੱਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਤੁਹਾਡਾ ਮਨਚਾਹਿਆ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਾਉਣਾ ਚਾਹੁੰਦੇ ਹੋ ਲੋਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ? ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀ ਸਮੱਸਿਆ ਦਾ ਸਮਾਧਾਨ ਫੀਸ ਕਮ ਹੋਣ ਤੋਂ ਬਾਅਦ। ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਨੂੰ, ਜੋ ਕਰਦੇ ਨੇ ਮੁਫ਼ਤ ਸੇਵਾ ਮੁਫ਼ਤ ਸਮਾਧਾਨ।